ਰੱਬ ਦੇ ਘਰ ਜਾ ਕੇ ਰੱਬ ਦੇ ਚਰਨਾਂ ਦੇ ਵਿੱਚ ਮੌਤ ਦਾ ਆ ਜਾਣਾ। ਮੌਤ ਅਜਿਹੀ ਵੀ ਹੁੰਦੀ ਹੈ। ਅਜਿਹੀ ਇੱਕ ਘਟਨਾ ਅੰਮ੍ਰਿਤਸਰ ਦੇ ਸ਼੍ਰੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਵਿਖੇ ਸਾਹਮਣੇ ਆਈ, ਜਿੱਥੇ ਕਿ ਪਰਮਜੀਤ ਸਿੰਘ ਪਾਟੀਆ ਨਾਮ ਦਾ ਵਿਅਕਤੀ ਜੋ ਕਿ ਹਰ ਰੋਜ਼ ਸ਼੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਮੱਥਾ ਟੇਕਣ ਆਉਂਦੇ ਸਨ, ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ, ਉਹ ਵੀ ਸ਼੍ਰੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ। ਪਰਮਜੀਤ ਸਿੰਘ ਪਾਟੀਆ ਅੰਮ੍ਰਿਤਸਰ ਦੇ ਨਿਊ ਤਹਿਸੀਲ ਪੁਰਾ ਦੇ ਰਹਿਣ ਵਾਲੇ ਸਨ। ਦੇਖੋ ਇਹ ਵੀਡੀਓ। ਦਾਸ ਦਇਆ ਸਿੰਘ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਦ ਸਾਹਿਬ ਬਾਬਾ ਦੀਪ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ। ਸਰ ਇੱਕ ਹਾਦਸਾ ਹੋਇਆ ਸੀ ਜਿਹੜਾ ਸੀਸੀਟੀਵੀ ਵੀਡੀਓ ਦੇ ਵਿੱਚ ਹੈ, ਕਿਸੇ ਡੈਥ ਹੋਈ ਹੈ। ਹਾਂਜੀ, ਇਹ ਮਿਤੀ 9 ਦਸੰਬਰ 2019 ਦਿਨ ਸੋਮਵਾਰ ਨੂੰ ਇੱਕ ਪ੍ਰੇਮੀ ਭਾਈ ਪਰਮਜੀਤ ਸਿੰਘ ਭਾਟੀਆ ਜੋ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਦਰਸ਼ਨ ਕਰਨ ਆਉਂਦਾ ਸੀ, ਉਹ ਦਰਸ਼ਨ ਕਰਨ ਆਏ ਸਮੇਂ ਉਸਦੀ ਅਚਾਨਕ ਮੌਤ ਹੋ ਗਈ ਹੈ। ਔਰ ਉਸ ਸਮੇਂ ਤੁਰੰਤ ਆਪਣੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ, ਪ੍ਰਬੰਧਕਾਂ ਵੱਲੋਂ, ਮੈਨੇਜਰ ਸਾਹਿਬ ਵੱਲੋਂ ਉਸ ਪ੍ਰੇਮੀ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਪਹੁੰਚਾਇਆ ਗਿਆ, ਔਰ ਜਿੱਥੇ ਡਾਕਟਰਾਂ ਵੱਲੋਂ ਮ੍ਰਿਤ ਘੋਸ਼ਿਤ ਕੀਤਾ ਗਿਆ ਜੀ। ਤਾਂ ਕੋਈ ਫੈਮਿਲੀ ਮੈਂਬਰ ਹੀ ਉਹਨਾਂ ਦੇ ਨਾਲ ਹੈਗਾ? ਨਹੀਂ, ਉਸ ਸਮੇਂ ਮੌਜੂਦਾ ਸਮੇਂ ਤੋਂ ਸੰਗਤ ਸੀ, ਸੰਗਤ ਵੱਲੋਂ ਪਤਾ ਲੱਗਿਆ ਸੀ, ਉਹ ਤੁਰੰਤ ਪਹੁੰਚਾਇਆ ਗਿਆ ਜੀ ਉੱਥੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।